ਪਟਿਆਲਾ ਵਿੱਚ SGPC ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਅਕਾਲੀ ਦਲ ਦੇ ਬੈਨਰ ਹੇਠ ਅੱਜ ਪ੍ਰਦਰਸ਼ਨ ਕੀਤਾ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਉਹ ਗੁਰਦੁਆਰਿਆਂ ਦੀ ਜ਼ਮੀਨ ਤੇ ਹੋ ਰਹੇ ਕਬਜ਼ੇ ਅਤੇ ਬੇਅਦਬੀ ਦੇ ਮਾਮਲੇ ਦੇ ਖਿਲਾਫ ਪ੍ਰਦਰਸ਼ਨ 'ਚ ਉਤਰੇ ਨੇ ਅਤੇ ਕਿਹਾ ਕਿ ਇਹ ਫੈਸਲਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਿਆ। ਨਾਲ ਹੀ ਕਿਹਾ ਕਿ ਮੈਂ ਅਕਾਲੀ ਦਲ ਪ੍ਰਧਾਨ ਨੂੰ ਧੰਨਵਾਦ ਕਰਦਾ, ਉਹਨਾਂ ਨੇ ਧਰਨੇ ਵਿੱਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ। ਦਰਅਸਲ ਸਿੱਖ ਮਾਮਲਿਆਂ ਦੇ ਵਿਦਵਾਨ ਅਤੇ ਵਿਰੋਧੀ ਧਿਰ ਉਹਨਾਂ ਦੇ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ 'ਤੇ ਸਵਾਲ ਚੱਕ ਰਹੇ ਨੇ। ਸਿੱਖ ਜਾਣਕਾਰਾਂ ਦਾ ਕਹਿਣਾ ਹੈ ਕਿ SGPC ਪ੍ਰਧਾਨ ਦਾ ਕੰਮ ਗੁਰਦੁਆਰਿਆਂ ਦੀ ਦੇਖ ਰੇਖ ਕਰਨਾ ਹੈ, ਨਾ ਕਿ ਪ੍ਰਦਰਸ਼ਨ 'ਚ ਹਿੱਸਾ ਲੈਣਾ। ਇਹ ਸਿਆਸੀ ਮਸਲਾ ਹੈ। ਹਮੇਸ਼ਾ ਹੀ ਧਰਮ ਰਾਜਨੀਤੀ ਨੂੰ ਸੇਧ ਦਿੰਦਾ ਰਿਹਾ ਹੈ, ਪਰ ਇੱਡੇ ਕਿਹੜੇ ਹਾਲਾਤ ਪੈਦਾ ਹੋ ਗਏ ਕਿ ਰਾਜਨੀਤੀ ਹੁਣ ਸਿੱਖ ਧਰਮ ਅਤੇ SGPC ਨੂੰ ਸੇਧ ਦੇਣ ਲੱਗ ਗਈ ਅਤੇ ਤੁਹਾਨੂੰ ਇਹਨਾਂ ਧਰਨਿਆਂ ਦੇ ਵਿੱਚ ਆਉਣਾ ਪੈ ਗਿਆ? ਇਹ ਬੜਾ ਭੁਲੇਖਾ ਤੁਹਾਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹੀ ਆਪਣਾ ਫਰਜ਼ ਪਛਾਣ ਕੇ ਜਦੋਂ ਰਾਜਨੀਤਿਕ ਸ਼ਕਤੀ ਵੱਲੋਂ ਸੂਬੇ ਦੇ ਲੋਕਾਂ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ, ਜ਼ੁਲਮ ਕਰਿਆ ਜਾ ਰਿਹਾ, ਸਾਡੇ ਧਾਰਮਿਕ ਮਾਮਲੇ 'ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਗੁਰਦੁਆਰਾ ਸਾਹਿਬਾਨ ਦੇ ਜ਼ਮੀਨਾਂ ਦੇ ਕਬਜ਼ੇ ਕੀਤੇ ਜਾ ਰਹੇ ਨੇ, ਔਰ ਜੋ ਖਾਲਸਾ ਪੰਥ ਦੀ ਸਭ ਤੋਂ ਵੱਡੀ ਧਰੋਹਰ ਸੀ ਸ਼ਬਦ ਰਤਨਾਕਰ ਮਹਾਨ ਕੋਸ਼, ਉਹਨੂੰ ਤੋੜਿਆ ਮਰੋੜਿਆ ਗਿਆ, ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਬੇਅਦਬੀਆਂ ਹੋ ਰਹੀਆਂ ਨੇ। ਜਦੋਂ ਸਰਕਾਰ ਟਸ ਤੋਂ ਮਤ ਨਹੀਂ ਆਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਰਕੇ ਸੜਕਾਂ 'ਤੇ ਆਈ ਹੈ ਤਾਂ ਜੋ ਆਪਣੀ ਆਵਾਜ਼ ਲੋਕ ਲਹਿਰ ਵਿੱਚ ਪੈਦਾ ਕਰਕੇ ਸਰਕਾਰ ਦੇ ਖਿਲਾਫ਼ ਬੁਲੰਦ ਕਰੀਏ। ਜਦੋਂ ਕੀ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨਾਲ ਸੰਬੰਧ ਸੁਖਾਵੇਂ ਨਹੀਂ ਚੱਲ ਰਹੇ, ਜਿਸ ਦੇ ਚੱਲਦਿਆਂ ਤੁਹਾਨੂੰ ਹੁਣ ਮਜਬੂਰੀ 'ਚ ਆ ਕੇ ਉਹਨਾਂ ਦੀ ਰਾਜਨੀਤਿਕ ਕਰਨੀ ਪੈ ਰਹੀ, ਉਹਨਾਂ ਦੇ ਧਰਨੇ 'ਚ ਆਉਣਾ? ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੀ ਨਹੀਂ, ਇਹ ਸ਼੍ਰੋਮਣੀ ਕਮੇਟੀ ਦਾ ਆਜ਼ਾਦਾਨਾ ਤੌਰ 'ਤੇ ਫੈਸਲਾ ਜੀ, ਅਤੇ ਮੈਂ ਇਸ ਧਰਤੀ 'ਤੇ ਖੜ੍ਹ ਕੇ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਕਮੇਟੀ ਦੇ ਕਾਰਜਾਂ 'ਚ ਕੋਈ ਦਖਲਅੰਦਾਜ਼ੀ ਹੋਈ ਨਹੀਂ ਅੱਜ ਤੱਕ, ਕੋਈ ਦਖਲਅੰਦਾਜ਼ੀ, ਸਾਡਾ ਆਪਣਾ ਫੈਸਲਾ। ਸੋ ਅਸੀਂ ਅਕਾਲੀ ਦਲ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਿੱਖ ਇਸ਼ੂ ਸੀਗੇ ਉਹਨਾਂ ਨੂੰ ਵੀ ਅੱਜ ਦੀ ਅਜੇ ਮੰਗ ਪੱਤਰਾਂ ਦੀ ਸ਼ਾਮਿਲ ਕੀਤਾ ਹੋਇਆ, ਅਸੀਂ ਉਹਨਾਂ ਦੇ ਨਾਲ ਇਸ ਕਰਕੇ ਖੜ੍ਹੇ।